ਵੱਡੀ ਖਬਰ ਦਾ ਰੁਖ ਕਰਦੇ ਆ ਜੋ ਕਿ ਕ੍ਰਿਕਟ ਖਿਡਾਰੀ ਸੁਰੇਸ਼ ਰੈਨਾ ਦੇ ਨਾਲ ਜੁੜੀ ਹੋਈ ਹੈ। ਦਰਅਸਲ 19 ਅਗਸਤ ਨੂੰ ਸੁਰੇਸ਼ ਰੈਨਾ ਦੇ ਪਰਿਵਾਰ ਤੇ ਜਾਨਲੇਵਾ ਹਮਲਾ ਹੁੰਦਾ ਹੈ ਜਿਸ ਦੇ ਵਿੱਚ ਸੁਰੇਸ਼ ਰੈਨਾ ਦੇ ਫੁੱਫੜ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਚਚੇਰੇ ਭਰਾ ਜਿਹੜਾ ਗੰਭੀਰ ਰੂਪ ਨਾਲ ਜ਼ਖਮੀ ਹੁੰਦਾ ਹੈ ਉਸ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਜਾਂਦਾ ਹੈ ਤੇ ਇਲਾਜ ਦੇ ਦੌਰਾਨ ਉਸ ਦੀ ਅੱਜ ਮੌਤ ਹੋ ਗਈ ਹੈ ਤੇ ਸੁਰੇਸ਼ ਰੈਨਾ ਨੇ ਇਸ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਕੇ ਜਾਂਚ ਦੀ ਮੰਗ ਕੀਤੀ ਸੀ ਜਿਸ ਤੇ ਹੁਣ ਵੱਡਾ ਕਦਮ ਚੱਕਦੇ ਹੋਏ ਡੀਜੀਪੀ ਪੰਜਾਬ ਨੇ ਐਸਆਈਟੀ ਦਾ ਗਠਨ ਕਰ ਦਿੱਤਾ। ਇਸ ਮਾਮਲੇ ਦੇ ਵਿੱਚ ਟਵੀਟ ਤੋਂ ਬਾਅਦ ਮਾਮਲੇ 'ਚ ਦੀ ਜਿਹੜੀ ਕਾਰਵਾਈ ਉਸ ਦੇ ਵਿੱਚ ਹੁਣ ਤੇਜ਼ੀ ਆ ਗਈ ਹੈ। ਪਠਾਨਕੋਟ ਦੇ ਪਿੰਡ ਥਰਿਆਲ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਸੀਗੇ ਤੇ ਇੱਕੋ ਪਰਿਵਾਰ ਦੇ 5 ਮੈਂਬਰਾਂ ਤੇ ਕਾਤਲਾਨਾ ਹਮਲਾ ਹੋਇਆ ਸੀ। 19 ਅਗਸਤ ਨੂੰ ਜਿਹੜਾ ਇਹ ਹਮਲਾ ਕੀਤਾ ਗਿਆ ਸੀ ਜਿਹਦੇ ਵਿੱਚ ਉਸ ਦੇ ਫੁੱਫੜ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਫਿਲਹਾਲ ਹੁਣ ਡੀਜੀਪੀ ਪੰਜਾਬ ਨੇ ਇਸ ਮਾਮਲੇ ਤੇ ਐਸਆਈਟੀ ਦਾ ਗਠਨ ਕਰ ਦਿੱਤਾ ਹੈ ਤੇ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਮਾਮਲੇ ਤੇ ਹੋਰ ਕੀ ਕਾਰਵਾਈ ਹੁੰਦੀ ਹੈ। ਇਹਦੇ ਵਿੱਚ ਜਿਹੜੇ ਉਹਨਾਂ ਦੇ ਬੇਟੇ ਸੀਗੇ ਅਸ਼ੋਕ ਕੁਮਾਰ ਜੀ ਦੇ ਕੌਸ਼ਲ, ਉਹਨਾਂ ਦੀ ਕੱਲ੍ਹ ਰਾਤ ਡੈਥ ਹੋ ਗਈ ਹੈ। ਬਟ ਵੀ ਆਰ ਟੇਕਿੰਗ ਇਟ ਵੈਰੀ ਸੀਰੀਅਸਲੀ, ਕੇਸ ਬੜੀ ਇਨਵੈਸਟੀਗੇਟ ਕਰਕੇ ਸਪੈਸ਼ਲ ਇਨਵੈਸਟੀਗੇਸ਼ਨ ਟੀਮਸ ਲੱਗੀਆਂ ਹੋਈਆਂ ਨੇ। ਵੀ ਆਰ ਫਰਮ ਦਾ ਪਾਰਟੀਜ਼ ਐਂਡ ਵੀ ਆਰ ਰੇਡਿੰਗ ਐਟ ਦਾ ਡਿਫਰੈਂਟ ਲੋਕੇਸ਼ਨਸ ਐਂਡ ਵੀ ਆਰ ਵੈਰੀ ਕਲੋਜ਼ ਟੂ ਦਿਸ ਇਨਵੈਸਟੀਗੇਸ਼ਨ।